ਕਿਹੜਾ ਪਿੰਡ ਹੈ ਭਾਜੀ ਤੁਹਾਡਾ? ਆਪਣਾ ਨਵਾਂ ਸ਼ਹਿਰ ਦੇ ਨਾਲ ਦੁਰਗਾਪੁਰ ਆਈ। ਅੱਛਾ, ਠੀਕ ਹੈ ਜੀ। ਚੰਬੀ ਘੋੜੀ ਲੈ ਕੇ ਆਏ ਹੋ? ਹੈ ਹਾਂਜੀ, ਹੈਗੇ ਚਾਰ ਜਾਨਵਰ ਹੋਰ ਵੀ ਆਈ। ਅੱਛਾ ਹਾਂਜੀ, ਉਹ ਖੜੇ ਜੀ ਆਪਣੇ। ਠੀਕ ਹੈ ਜੀ, ਤੰਬੂ ਲੱਗਿਆ ਉੱਥੇ ਜਿਵੇਂ ਹੋਰ ਖੜੇ। ਕਪੂਰ ਫਾਰਮ, ਠੀਕ ਹੈ। ਤੁਹਾਡੇ ਨੇੜੇ ਮੈਂ ਗਿਆ ਸੀ ਇਹਨਾਂ ਦੇ ਬੈਂਸ ਸਟੱਡ ਫਾਰਮ ਤੇ, ਤਾਂ ਗਿਆ ਸੀ ਕੁਲਜੀਤ ਕੇ। ਅੱਛਾ, ਉਹ ਸਤਪਾਲ ਸਿੰਘਪੁਰੇ? ਹਾਂ, ਭਾਰ ਸਿੰਘਪੁਰੇ, ਉਹ ਵੀ ਆ ਰਹੇ ਜੀ ਅੱਜ। ਆ ਰਹੇ। ਅੱਛਾ ਜੀ, ਪੰਜਾਬ ਹੋਰਸ ਕਲੱਬ, ਉਹ ਸੇਮ ਹੀ ਮਨਾਇਆ ਤੁਸੀਂ ਟੈਂਟ? ਉਹੀ ਇੱਕ ਤਾਂ ਆਪਣੇ ਉਹ ਸੀਗੇ ਰੋਪੜ ਵਾਲੇ ਕੋਹਲੀ ਸਾਹਿਬ ਜੀ। ਹਾਂਜੀ, ਉਹਨਾਂ ਦਾ ਘੋੜਾ ਗਿਆ ਸ਼ੋ ਤੇ। ਉਹਨਾਂ ਦਾ ਘੋੜਾ ਅੱਗੇ ਲੈ ਕੇ ਗਏ ਸੀ, ਪੁਸ਼ਕਰ ਵੀ ਲੈ ਕੇ ਗਏ ਜੀ। ਅੱਛਾ, ਹਾਂਜੀ ਹਾਂਜੀ, ਪੁਸ਼ਕਰ ਮੇਲੇ ਇੱਕ ਬਿੱਲਾ ਬਾਈ ਆ। ਬਿੱਲਾ ਬਾਈ ਵੀ ਅੱਜ ਸ਼ਾਮ ਨੂੰ ਆਊਗਾ ਜਾਂ ਕੱਲ੍ਹ ਸਵੇਰੇ ਆਊਗਾ ਜੀ। ਅੱਛਾ, ਸਾਵਾ ਟੈਂਟ ਆ ਤੁਹਾਡਾ? ਇੱਕੋ ਟੈਂਟ ਹੀ ਆ ਸਾਰਿਆਂ ਦਾ? ਟੈਂਟ ਥੋੜ੍ਹਾ ਅਲੱਗ ਅਲੱਗ ਆ ਜੀ, ਵੈਸੇ ਇੱਕ ਲੈਣ 'ਚ ਲਾਉਣੇ ਸੀ, ਪਰ ਥੋੜ੍ਹਾ ਜਗ੍ਹਾ ਦੀ ਪ੍ਰੋਬਲਮ ਨਹੀਂ, ਸੈਟਿੰਗ ਆਈ ਨਹੀਂ ਜੀ। ਬਿੱਲੇ ਵੀਰ ਨੇ ਵੀ ਅੱਜ ਆ ਜਾਣਾ ਜੀ। ਪੰਜਾਬ ਘੋੜੀ ਆ ਜੀ? ਹਾਂਜੀ, ਪੰਜਾਬ। ਕੱਦ ਕਾਠ ਬੜਾ ਚੰਗਾ ਇਹਦਾ ਜੀ, ਕਿੰਨੇ ਇੰਚ ਹੈ? ਦੇਖ ਲਓ ਤੁਹਾਡੇ ਸਾਹਮਣੇ ਹੈ ਜੀ, ਜੋ ਹੈਗਾ ਜੀ। ਨਹੀਂ ਮਿਲਿਆ ਤੁਸੀਂ ਹੁੰਦਾ ਸਾਨੂੰ ਤਾਂ ਦੱਸਣਾ ਕਿ ਜੋ ਹੈਗਾ ਉਹ ਤਾਂ ਮੋਰੇ ਦੀਦੇ ਹੁੰਦਾ ਜੀ, ਦੱਸਣ ਦਾ ਜਿੰਨਾ ਮਰਜ਼ੀ ਦੱਸੀਓ ਜੀ। ਨਹੀਂ ਦੱਸ ਦਿਓ ਫਿਰ ਵੀ, ਐਂ ਕੀ ਹੁੰਦਾ ਜੀ? ਕਾਠ ਵਾਟ ਹੈਗਾ 60 ਦੇ ਕਰੀਬ, ਜਾਂ 60 ਹੋਊਗੀ, ਜਾਂ 60 ਤੋਂ ਥੋੜਾ ਬਹੁਤ ਬਾਹਰ ਹੋਊਗੀ ਜੀ। ਥੋੜਾ ਬਹੁਤ ਤਾਂ ਬਾਹਰ ਹੋ। ਹਾਂਜੀ, ਕਿੰਨੇ ਕੁ ਸਾਲ ਦੀ ਹੈ ਜੀ ਇਹ? ਹੁਣ 2 ਦੰਦ ਹੋਈ ਹੈ ਜੀ। ਅੱਛਾ, ਘੋੜਾ ਦਿਖਾਣਾ ਹੈ ਹਜੇ ਤਾਂ ਜੀ? ਹਾਂਜੀ, ਵੈਸੇ ਚੈੱਕ ਕਰਾ ਲਈਏ ਡਾਕਟਰ ਸਾਹਿਬ ਤੋਂ ਜੀ। ਅੱਛਾ, ਤੇ ਆਪਣੇ ਡਾਕਟਰ ਕਰਮ ਜੀ ਦੀ? ਹਾਂਜੀ, ਕੱਲ ਦਾ ਦੱਸਿਆ ਵੀ 28 ਤਰੀਕ ਨੂੰ ਇਹਨੂੰ ਜੰਪ ਦਵਾ ਸਕਦੇ ਜੀ। ਕਿਹੜਾ ਘੋੜਾ ਤੁਹਾਨੂੰ ਚੰਗਾ ਲੱਗ ਰਿਹਾ? ਸਵਰਾਜ ਜੀ, ਆਪਣੇ ਲਾਡੀ ਬਿਰਕਲਾ ਜੀ। ਅੱਛਾ, ਲਾਡੀ ਬਿਰਕਲਾ ਸਵਰਾਜ ਘੋੜਾ ਜੀ। ਗੱਲ ਹੋਈ ਹੋਈ ਜੀ ਫੋਨ ਤੇ, ਉਹ ਆ ਰਿਹਾ ਅੱਜ ਮੰਡੀ ਵੈਸੇ ਜੀ, ਤੇ ਕੱਲ ਨੂੰ ਆਪਾਂ ਜੰਪ ਦਵਾਵਾਂਗੇ। ਤੇ ਕਿਹੜੇ ਖਾਨਦਾਨ ਚੋਂ ਹੈ ਜੀ? ਇਹ ਤਾਂ ਵੈਸੇ ਦੀ ਮਾਂ ਆਪ ਨੀਲੀ ਸੀਗੀ ਜੀ। ਅੱਛਾ, ਇਹ ਆਪ ਨੁਕਰੇ ਦੀ ਹੈ ਜੀ? ਹਾਂ ਹਾਂਜੀ। ਖਰੀਦੀ ਆ ਤੁਸੀਂ? ਹਾਂਜੀ, ਇਹ ਬੱਚੀ ਲਈ ਸੀ 5 ਮਹੀਨੇ ਦੀ ਜੀ। ਤਿਆਰ ਕੀਤੀ ਆ? ਯਾਨੀ ਤਿਆਰ ਕੀਤੀ ਆ ਜੀ, ਬਸ ਫੇਰ ਤਰਾਂ ਜੀ। ਯਾਨੀ ਮੇਟ ਲਈ ਲਿਆਏ ਹੋ, ਸੇਲ ਨਹੀਂ ਕਰਨੀ ਹੈ? ਸੇਲ ਲਿਆ ਜੇ ਚੰਗਾ ਮੁੱਲ ਮਿਲੇ ਤਾਂ ਕਰ ਵੀ ਦਿਓਗੇ? ਅੱਛਾ ਜੀ, ਮੰਨ ਲਓ ਕੋਈ ਲੱਗਿਆ ਤਾਂ ਵੀ ਚੰਗਾ ਮੁੱਲ ਮਿਲਦਾ ਤਾਂ ਸੇਲ ਵੀ ਕਰ ਸਕਦੇ ਹੋ? ਠੀਕ ਹੈ ਜੀ। ਇੱਕ ਹੋਰ ਚੰਬੀ ਘਰੇ ਖੜੀ ਹੈ ਜੀ। ਅੱਛਾ, ਹਾਂਜੀ, ਉਹ ਵੀ ਮੇਟ ਕਰਾਈ ਹੋ ਜੀ। ਹਾਂ ਹਾਂ, ਉਹ ਚੈੱਕ ਕਰਾਵਾਂਗੇ ਜੀ। ਤੇ ਕਿੰਨੇ ਕੁ ਜਾਨਵਰ ਆ ਫਾਰਮ ਤੇ ਫਿਰ ਜੀ? ਫਾਰਮ 'ਚ ਫਿਲਹਾਲ ਹੈਗੇ ਜੀ 7-8 ਹੈ ਜੀ, 4 ਲੈ ਕੇ ਆਉਂਦੇ, 3 ਵਾਲੇ ਇੱਕ ਘੋੜੀ ਤਿਆਰ ਆ ਜੀ, ਸੂਨ ਨੂੰ ਨੁਕਰੀ ਵੱਡੇ ਕੱਦ ਦੀ ਆ ਜੀ। ਉਹ ਨੁਕਰੇ ਰੱਖਦੇ ਹੋ ਕਿ ਮਾਰਵਾੜੀ ਵੀ ਆ? ਕਾਲੇ ਵੀ? ਅੱਛਾ, ਤਾਂ ਜੇ ਕਿਸੇ ਨੇ ਪੁੱਛਣਾ ਹੋਵੇ ਮੋਬਾਈਲ ਨੰਬਰ ਤਾਂ ਦੱਸ ਦਿਓ ਜੀ। ਮੋਬਾਈਲ ਨੰਬਰ ਭਾਈ ਦਾ ਕਪੂਰ ਭਾਈ ਦਾ ਦਿੰਦੇ ਆ, ਵੈਸੇ ਵਟਸਐਪ ਨੰਬਰ ਚੱਲਦਾ ਜੀ ਵੀਰ। ਹਾਂਜੀ, ਕੋਈ ਗੱਲ ਨਹੀਂ, ਵਟਸਐਪ 'ਤੇ ਗੱਲ ਕਰ ਲੈਣਗੇ। ਕੋਲਾ ਅਟੈਂਡ ਕਰਨੀਆਂ ਵੈਸੇ ਵੀ ਔਖੀਆਂ ਹੋ ਜਾਂਦੀਆਂ ਅੱਜ ਕੱਲ੍ਹ ਜੀ। ਭਾਈ ਸਾਡਾ ਬਾਹਰ ਚਲ ਗਿਆ ਜੀ। ਅੱਛਾ ਜੀ, ਫੋਰਨ? ਹਾਂਜੀ, ਅੱਗੇ ਵੈਸੇ ਆਊਗੇ ਜੀ। ਹਾਂ, 84-279 ਜੀ। 84-279? ਹਾਂਜੀ, 53-946 ਜੀ। ਠੀਕ ਹੈ। ਹਾਂਜੀ, ਅਮਿਤ ਕਪੂਰ ਭਾਈ ਦਾ ਨਾ ਜੀ? ਅਮਿਤ ਕਪੂਰ, ਹਾਂਜੀ, ਓਕੇ, ਪਿੰਡ ਦੁਰਗਾਪੁਰ ਜੀ। ਠੀਕ ਹੈ ਜੀ। ਇਹ ਉਸ ਵੀਰ ਦਾ ਵਟਸਐਪ ਨੰਬਰ ਆ ਜੀ? ਜ਼ਿਲ੍ਹਾ ਨਵਾਂਸ਼ਹਿਰ ਹੀ ਆ ਜਾਂਦਾ? ਹਾਂਜੀ, ਬਿਲਕੁਲ, ਨਵਾਂਸ਼ਹਿਰ ਦੇ ਵਿੱਚ ਹੀ ਹੈ ਜੀ। ਠੀਕ ਹੈ, ਠੀਕ ਹੈ ਭਾਈ ਜੀ, ਥੈਂਕ ਯੂ, ਸ਼ੁਕਰੀਆ।